ਲਓ ਜੀ, ਅੱਜ ਤੁਹਾਨੂੰ ਸੁਣਿਆ ਬਰਨਾਲਾ ਟਰੈਕਟਰ ਮੰਡੀ ਅਤੇ ਇਧਰਲੀ ਸਾਈਡ 'ਤੇ ਪਹਿਲਾ ਟਰੈਕਟਰ ਕਿਹੜਾ ਸੁਣਾ ਲਿਖਾ, ਵਲਟਰਾ 160 RX 17 ਮਾਡਲ ਆ, 590 ਇਹ ਟਰੈਕਟਰ ਦੀ ਡਿਮਾਂਡ ਹੈ ਜੀ, ਰੱਖੀ ਹੋਈ ਲਾਡ ਲੈ ਜੀ, ਐਵਰ 7 ਡੈੱਕ ਵਗੈਰਾ ਟਰੈਕਟਰ ਜਿਹੜਾ ਉਹ ਲੱਗਿਆ ਹੋਇਆ ਜੀ, 17 ਮਾਡਲ ਆ, 590 ਇਹ ਟਰੈਕਟਰ ਦੀ ਡਿਮਾਂਡ ਆ। ਉਸ ਤੋਂ ਬਾਅਦ ਫਿਰ ਆ ਗਈ ਅਗਲਾ ਸੋਨਾਲੀਕਾ RX 60 10 ਮਾਡਲ ਆ, 390 ਇਹ ਟਰੈਕਟਰ ਦੀ ਡਿਮਾਂਡ ਆ ਜਿਹੜੀ ਰੱਖੀ ਹੋਈ ਜੀ, ਸੋਨਾਲੀਕਾ ਦੀ 60 ਦੀ RX ਦੀ। ਉਸ ਤੋਂ ਬਾਅਦ ਹੈਗਾ ਫਾਰਮ ਟਰੈਕ 60 ਆ ਗਿਆ, 10 ਮਾਡਲ 330 ਇਹਦੀ ਡਿਮਾਂਡ ਆ, ਫਾਰਮ ਟਰੈਕ 60 ਦੀ। ਉਸ ਤੋਂ ਬਾਅਦ ਸਵਰਾਜ ਆ ਗਿਆ 735 91 ਮਾਡਲ ਆ, 1,10,000 ਰੁਪਇਆ ਇਹ ਟਰੈਕਟਰ ਦੀ ਡਿਮਾਂਡ ਆ ਜਿਹੜੀ ਰੱਖੀ ਹੋਈ ਆ, ਗੋਲਡ ਟਾਇਰ। ਉਸ ਤੋਂ ਬਾਅਦ ਇਧਰਲੀ ਸਾਈਡ ਦਾ ਗਿਆ 855 19 ਮਾਡਲ, ਇਹਦੀ ਪਹਿਲਾਂ ਵੀਡੀਓ ਵੀ ਪਾਈ ਹੋਈ ਆ, 19 ਮਾਡਲ ਆ, 590 ਇਹਦੀ ਡਿਮਾਂਡ ਆ, 55 ਨੰਬਰ ਆ ਇਹ ਟਰੈਕਟਰ, 855। ਅਤੇ ਸੋਨਾਲੀਕਾ 60 ਆ ਗਿਆ ਇਧਰਲੀ ਸਾਈਡ 'ਤੇ, 18 ਮਾਡਲ, 587 ਇਹ ਟਰੈਕਟਰ ਡਿਮਾਂਡ ਆ, PV19 ਬਰਨਾਲੇ ਦਾ ਲੋਕਲ ਨੰਬਰ ਆ ਟਰੈਕਟਰ ਦਾ, ਨਾਲ ਦੇ ਟਾਇਰ ਆ ਟਰੈਕਟਰ ਦੇ, 85 ਪੈਸੇ ਉਹ ਪਏ ਨੇ ਜੀ, DI 60 ਦੇ। 963 ਖੜ੍ਹਾ ਇਧਰਲੀ ਸਾਈਡ 'ਤੇ, 20 ਮਾਡਲ, 715 ਇਹ ਟਰੈਕਟਰ ਦੀ ਡਿਮਾਂਡ ਆ, 963 ਦੀ 20 ਮਾਡਲ ਆ ਜੀ। ਅਤੇ ਹੋਲੈਂਡ 5500 ਆ ਗਿਆ, 10 ਮਾਡਲ, 435,000 ਰੁਪਇਆ 3 ਸਪੀਡ 'ਚ, 435 ਡਿਮਾਂਡ ਆ, 5500 ਹੋਲੈਂਡ ਅਤੇ 10 ਮਾਡਲ 3 ਸਪੀਡ ਦੀ ਹੋਲੈਂਡ 5500। 855 ਆ ਗਿਆ, 14 ਮਾਡਲ, 475 ਪੰਜਾਬ ਨੰਬਰ, ਕਲੋਸਕਾਰ ਇੰਜਨ, ਕਲੋਸਕਾਰ 14 ਮਾਡਲ, 475। ਅਤੇ ਇੱਧਰ ਖੜ੍ਹਾ ਹੀ 11 ਮਾਡਲ, 855, 375 PV19 ਨੰਬਰ ਆ ਟਰੈਕਟਰ ਦਾ, ਜਿਹੜਾ ਪੂਰਾ ਸਾਫ ਨਹੀਂ ਹੁੰਦਾ ਪਿਆ ਟਾਇਰ ਦੇਖ ਸਕਦੇ ਹੋ ਬਾਕੀ। ਅਤੇ ਪਿੱਛੇ ਜਗਤ ਜੀ ਸਲੀਪਰ ਵੀ ਖੜ੍ਹਾ ਹੀ, ਤੁਹਾਨੂੰ ਉਹ ਵੀ ਵਿਖਾ ਦਿੰਦੇ ਆਪਾਂ, ਟਰਾਲੀਆਂ 15 ਮਾਡਲ ਹੈਗਾ, 1.65 ਇਹਦੀ ਡਿਮਾਂਡ ਆ, ਤੁੜੀ ਵਾਲੀ ਸਲੀਪਰ ਦੀ 1.65 ਡਿਮਾਂਡ ਆ, 15 ਮਾਡਲ ਆ ਜੀ ਇਹ। ਬਾਕੀ ਟਰਾਲੀਆਂ ਆ ਗਈਆਂ ਜੀ, 1,18,000 ਰੁਪਇਆ ਆਹ ਟਰਾਲੀ ਦੀ ਡਿਮਾਂਡ ਆ, 11,650 ਦੀ। ਸਾਈਡਾਂ ਵਾਲੇ ਟਾਇਰ ਜਿਹੜੇ ਵਧੀਆ ਪਏ ਨੇ, ਜਿਹੜਾ ਦੂਜਾ ਟਾਇਰ ਅੰਦਰ ਲਿਓ ਨਰਮ ਨੇ ਟਰਾਲੀ ਦੇ, ਬਾਕੀ ਫਾਰਸ ਵਗੈਰਾ ਜਿਹੜਾ ਵਿੱਚੋਂ ਤੁਸੀਂ ਉਹ ਵੀ ਵੇਚ ਸਕਦੇ ਹੋ। ਉੱਧਰ ਨਵੀਆਂ ਟਰਾਲੀਆਂ ਖੜੀਆਂ ਨੇ, 54-5 ਜੌਂਡੀਅਰ ਆ ਗਿਆ ਜੀ ਅਗਲਾ ਟਰੈਕਟਰ, 20 ਮਾਡਲ ਆ, 795 ਇਹ ਟਰੈਕਟਰ ਦੀ ਡਿਮਾਂਡ ਆ, 54-5 ਜੌਂਡੀਅਰ ਦੀ। ਅਤੇ ਉਸ ਤੋਂ ਬਾਅਦ ਸਵਰਾਜ 744 ਆ ਗਿਆ, FE 15 ਮਾਡਲ, 465 ਇਹ ਟਰੈਕਟਰ ਦੀ ਡਿਮਾਂਡ ਆ, ਨਾਲ ਦੇ ਟਾਇਰਾਂ 'ਚ ਇਹ ਟਰੈਕਟਰ ਆ ਜੀ, ਬਹੁਤ ਘੱਟ ਚੱਲਿਆ ਹੋਇਆ ਟਰੈਕਟਰ, 44 ਮਹਿੰਦਰਾ ਆ ਗਈ, 265 93 ਮਾਡਲ, 155 ਇਹ ਟਰੈਕਟਰ ਦੀ ਡਿਮਾਂਡ। ਸੋ ਦੋਸਤੋ, ਇਹ ਟਰੈਕਟਰ ਨੇ ਤਾਂ ਬਰਨਾਲਾ ਟਰੈਕਟਰ ਮੰਡੀ 'ਤੇ ਉਹ ਪਹੁੰਚੇ ਹੋਏ ਨੇ, ਅਤੇ ਬਾਕੀ ਤੁਹਾਨੂੰ ਆਪਾਂ ਅੱਗੇ ਹੋਰ ਵਿਖਾਉਣਾ ਟਰੈਕਟਰ ਆ ਜਾਊਗਾ। ਇੱਧਰਲੀ ਸਾਈਡ 'ਤੇ ਸੋਨਾਲੀਕਾ ਖੜ੍ਹਾ ਜੀ, RX 12 ਮਾਡਲ, 435 ਇਹ ਟਰੈਕਟਰ ਦੀ ਡਿਮਾਂਡ ਆ। ਇੱਧਰ ਸਕੋਲਟ ਖੜ੍ਹਾ ਜੀ, 88 ਮਾਡਲ, 75,000 ਰੁਪਇਆ ਇਹ ਟਰੈਕਟਰ ਦੀ ਡਿਮਾਂਡ ਆ, ਸਕੋਲਟ ਦੀ 335 ਜੀ। 44 ਖੜ੍ਹਾ ਇੱਧਰਲੀ ਸਾਈਡ 'ਤੇ, 9 ਮਾਡਲ, 315 ਇਹ ਟਰੈਕਟਰ ਦੀ ਡਿਮਾਂਡ ਆ, 44 9 ਮਾਡਲ ਦੀ। ਅੱਠ ਸੌ 55 ਖੜ੍ਹਾ ਇੱਧਰਲੀ ਸਾਈਡ 'ਤੇ, 18 ਮਾਡਲ, 565 ਇਹਦੀ ਡਿਮਾਂਡ ਹੀ ਰੱਖੀ, 855 ਜੀ, 18 ਮਾਡਲ, 565। ਅਤੇ ਸੋਨਾਲੀਕਾ ਖੜ੍ਹਾ ਇੱਧਰਲੀ ਸਾਈਡ 750, 18 ਮਾਡਲ, 520 ਇਹਦੀ ਡਿਮਾਂਡ ਹੈ ਜੀ। ਅਰਜਨ 605, 13 ਮਾਡਲ, 490 ਅਰਜਨ ਦੀ ਡਿਮਾਂਡ ਆ, 855 19 ਮਾਡਲ, 615 ਇਹ ਟਰੈਕਟਰ ਦੀ ਡਿਮਾਂਡ ਆ, ਫਾਈਬਰ ਸਾਥੀ ਵਗੈਰਾ ਟਰੈਕਟਰ ਜਿਹੜੀ ਉਹ ਲੱਗੀ ਹੋਈ ਜੀ, 415। ਇਸ ਤੋਂ ਬਾਅਦ 17 ਮਾਡਲ ਆ ਗਈ, ਅਰਜਨ ਨੋਵੋ 620 ਇਹਦੀ ਡਿਮਾਂਡ ਹੈ, PV13 ਨੰਬਰ 'ਤੇ। 50-55 ਈ ਆ ਗਈ ਜੌਂਡੀਅਰ, 13 ਮਾਡਲ, 446 ਇਹ ਟਰੈਕਟਰ ਦੀ ਹੋਣੀ ਜੌਂਡੀਅਰ ਦੀ। 855 ਆ ਗਈ, 11 ਮਾਡਲ, 425 ਡਿਮਾਂਡ ਆ, 11 ਮਾਡਲ ਟਰੈਕਟਰ ਆ।
11 ਮਾਡਲ 425 ਪ੍ਰੀਤ ਆ ਗਿਆ। ਹਾਂ ਹਾਂ 6020 ਮਾਡਲ 470 ਇਹ ਟਰੈਕਟਰ ਦੀ ਡਿਮਾਂਡ ਜਿਹੜੀ ਰੱਖੀ ਗਈ ਪ੍ਰੀਤ ਦੀ। ਫਾਰਮ ਟਰੈਕ 6055 ਆ ਗਿਆ 16 ਮਾਡਲ 535 ਇਹਦੀ ਡਿਮਾਂਡ ਆ ਪੰਜਾਬ ਨੰਬਰ ਸੰਗਰੂਰ ਬਠਿੰਡੇ ਦਾ। 17 ਮਾਡਲ ਜੌਂਡੀਅਰ 6.5 ਲੱਖ ਰੁਪਇਆ ਡਿਮਾਂਡ ਟੋਪ ਮਾਡਲ ਟਰੈਕਟਰ ਹੈ 17 ਮਾਡਲ ਜੌਂਡੀਅਰ। 12 ਮਾਡਲ ਆ ਗਿਆ ਸੋਨਾਲੀਕਾ 750 4 ਲੱਖ ਰੁਪਇਆ ਪੂਰਾ ਡਿਮਾਂਡ ਆ। 2029 ਮੋਗੇ ਦਾ ਨੰਬਰ ਹੈ ਟਰੈਕਟਰ ਦਾ ਜੀ। ਜੌਂਡੀਅਰ ਆ ਗਿਆ 5310 17 ਮਾਡਲ 645 ਇਹ ਟਰੈਕਟਰ ਦੀ ਡਿਮਾਂਡ ਆ ਜਿਹੜੀ ਉਹ ਰੱਖੀ ਹੋਈ ਹੈ। ਅਤੇ ਹੋਲੈਂਡ ਆ ਗਈ 5500 11 ਮਾਡਲ 480 ਇਹ ਟਰੈਕਟਰ ਦੀ ਡਿਮਾਂਡ ਆਈ ਹੋਲੈਂਡ ਦੀ। 3 ਬਠਿੰਡੇ ਦਾ ਨੰਬਰ ਆ। ਅਤੇ ਸਵਰਾਜ ਆ ਗਈ 960 17 ਮਾਡਲ 580 ਇਹ ਟਰੈਕਟਰ ਦੀ ਡਿਮਾਂਡ ਆ। 3025 ਨੰਬਰ ਆ ਟਰੈਕਟਰ ਦਾ। ਜੌਂਡੀਅਰ ਆ ਗਈ 50 ਡੀ ਉਹਦੇ ਰੇਟ ਇਹਦਾ ਲਿਖਿਆ ਨਹੀਂ ਟਰੈਕਟਰ 'ਤੇ। ਅਤੇ 5310 ਇੱਧਰਲੀ ਸਾਈਡ 'ਤੇ ਕਹਿੰਦਾ 18 ਮਾਡਲ 620,000 ਰੁਪਇਆ ਇਹ ਟਰੈਕਟਰ ਦੀ ਡਿਮਾਂਡ ਇਹਦੀ ਰੱਖੀ ਹੋਈ ਆ ਜੌਂਡੀਅਰ 5310 ਦੀ। ਅਤੇ ਫਾਰਮ ਟਰੈਕ 6535 16 ਮਾਡਲ ਆ ਫਾਰਮ ਟਰੈਕ 60 ਦੀ। ਰੇਡੀਅਲ ਟਾਇਰ ਪਾਏ ਨੇ ਪਿਛਲੇ 16 ਮਾਡਲ ਆ 535 ਦੀ ਡਿਮਾਂਡ ਹੈ ਜੀ। ਅਤੇ ਇੱਧਰ ਖੜਾ ਪ੍ਰੀਤ 6050 20 ਮਾਡਲ 485 ਇਹਦੀ ਡਿਮਾਂਡ ਆ ਪ੍ਰੀਤ ਦੀ। ਅਤੇ ਸੋਨਾਲੀਕਾ 750 RX 13 ਮਾਡਲ 410,000 ਰੁਪਇਆ ਇਹ ਟਰੈਕਟਰ ਦੀ ਡਿਮਾਂਡ ਆ। ਅਤੇ ਜੌਂਡੀਅਰ ਆ ਗਿਆ 5310 11 ਮਾਡਲ 480 ਇਹਦੀ ਡਿਮਾਂਡ ਆ। ਅਰਜਨ ਆ ਗਿਆ ਇੱਧਰਲੀ ਸਾਈਡ 'ਤੇ 505 11 ਮਾਡਲ 425 ਇਹਦੀ ਡਿਮਾਂਡ ਆ। 5545 ਮੇਸੀ ਆ ਗਿਆ ਇੱਧਰਲੀ ਸਾਈਡ 'ਤੇ 13 ਮਾਡਲ 3.5 ਇਹ ਟਰੈਕਟਰ ਦੀ ਡਿਮਾਂਡ ਆ ਜੀ ਰੱਖੀ ਹੋਈ ਹੈ। ਬਰਨਾਲਾ ਟਰੈਕਟਰ ਮੰਡੀ 'ਤੇ ਇਹ ਟਰੈਕਟਰ ਦੋ ਸਾਈਡ ਵਿਕਣ ਆਏ ਹੋਏ ਨੇ। ਅਤੇ ਆਪਾਂ ਤੁਹਾਨੂੰ ਹੋਰ ਵਿਖਾਉਣੇ ਅੱਗੇ ਚੱਲ ਕੇ 855 97 ਮਾਡਲ 205,000 ਰੁਪਇਆ ਇਹ ਟਰੈਕਟਰ ਦੀ ਲਵਾ ਲਈ। ਸੋਨਾਲੀਕਾ 750 ਆ ਗਿਆ ਇੱਧਰਲੀ ਸਾਈਡ 'ਤੇ 15 ਮਾਡਲ 425 ਅਰਜਨ ਨੋਵੋ 8 ਮਾਡਲ 3.5 735 ਆ ਗਿਆ ਜੀ ਇਹ ਵੀ ਟਰੈਕਟਰ। ਇਹਦਾ ਚੰਗਾ ਪਿਆ ਹੈਗਾ 99 ਮਾਡਲ 71 ਇਹ ਟਰੈਕਟਰ ਦੀ ਡਿਮਾਂਡ ਵੀ ਰੱਖੀ ਗਈ 99 ਮਾਡਲ ਦੀ। 855 ਆ ਗਿਆ ਇੱਧਰਲੀ ਸਾਈਡ 'ਤੇ 7 ਮਾਡਲ 3.5 ਲੱਖ ਰੁਪਇਆ ਇਹ ਟਰੈਕਟਰ ਦੀ ਡਿਮਾਂਡ ਆ। 535 ਆ ਗਿਆ ਇੱਧਰਲੀ ਸਾਈਡ 'ਤੇ 94 ਮਾਡਲ 140 ਅਤੇ 855 ਆ ਗਿਆ ਜੀ ਇੱਧਰਲੀ ਸਾਈਡ 'ਤੇ। ਫਿਰ 8 ਮਾਡਲ 3.5 ਲੱਖ ਰੁਪਇਆ ਜੀ ਡਿਮਾਂਡ ਆ 855 ਦੀ। 735 ਆ ਗਿਆ ਇੱਧਰਲੀ ਸਾਈਡ 'ਤੇ 98 ਮਾਡਲ 160 ਇਹ ਟਰੈਕਟਰ ਦੀ ਡਿਮਾਂਡ ਜਿਹੜੀ ਰੱਖੀ ਹੈ 735 ਜੀ ਪੰਜਾਬ ਨੰਬਰ। ਇੱਧਰ 855 ਖੜੀ 6 ਮਾਡਲ 310 ਇਹਦੀ ਡਿਮਾਂਡ ਜਿਹੜੀ ਰੱਖੀ ਹੈ 6 ਮਾਡਲ ਦੀ 855 ਜੀ। ਫੋਰਡ ਖੜਾ ਇੱਧਰ 86 ਮਾਡਲ 125 ਪੰਜਾਬ ਨੰਬਰ 86 ਮਾਡਲ ਫੋਰਡ ਆ। ਅਤੇ 911 ਕਹਿੰਦਾ ਨੂੰ ਪੂਰਾ ਰਿਜਨਲ ਜੀ 83 ਮਾਡਲ 1,75,000 ਇਹਦੀ ਡਿਮਾਂਡ ਆ ਸੈਂਪਲ। ਬਾਕੀ ਰਿਜਨਲ ਸਾਰਾ ਟਰੈਕਟਰ ਪੰਪ ਤੋਂ ਬਿਨਾਂ ਪੰਪ ਆ ਜਿਹੜਾ ਦੁਮੈਕੋ ਦਾ ਲੱਗਿਆ ਟਰੈਕਟਰ ਨੇ 1,75,000 ਰੁਪਇਆ ਇਹ ਟਰੈਕਟਰ ਦੀ ਡਿਮਾਂਡ ਜਿਹੜੀ ਉਹ ਰੱਖੀ ਹੋਈ ਹੈ। 735 ਆ ਗਿਆ ਇੱਧਰਲੀ ਸਾਈਡ 'ਤੇ 96 ਮਾਡਲ 1,50,000 ਰੁਪਇਆ ਇਹਦੀ ਡਿਮਾਂਡ ਆ। ਫਾਰਮ ਟਰੈਕ 65 EBI 8 ਮਾਡਲ 335 ਇਹ ਟਰੈਕਟਰ ਦੀ ਡਿਮਾਂਡ ਆਈ। ਫਾਰਮ ਟਰੈਕ 65 ਦੀ EBI 724 ਸਵਰਾਜ ਜੀ 88 ਮਾਡਲ 140 ਅਤੇ 855 ਆ ਗਿਆ ਇੱਧਰਲੀ ਸਾਈਡ 'ਤੇ 9 ਮਾਡਲ 368 ਇਹਦੀ ਡਿਮਾਂਡ ਜਿਹੜੀ ਰੱਖੀ ਹੋਈ ਹੈ 9 ਮਾਡਲ ਦੀ 855 ਜੀ। ਅਤੇ ਫਿਰ ਇੱਧਰ 855 ਆ ਗਿਆ ਜੀ ਗਾਹਾਂ ਵਾਲਾ ਟਰੈਕਟਰ 10 ਮਾਡਲ 398 ਇਹ ਟਰੈਕਟਰ ਦੀ ਡਿਮਾਂਡ ਆ। ਅਤੇ 855 ਆ ਗਿਆ ਇੱਧਰ ਹੀ 417 15 ਮਾਡਲ 525 ਇਹਦੀ ਡਿਮਾਂਡ ਆ 855 ਦੀ। 265 ਆ ਗਿਆ GI 94 ਮਾਡਲ 145 ਇਹਦੀ ਡਿਮਾਂਡ। ਅਤੇ 855 ਆ ਗਿਆ ਇੱਧਰਲੀ ਸਾਈਡ 'ਤੇ 17 ਮਾਡਲ 560 ਇਹ ਟਰੈਕਟਰ ਦੀ ਡਿਮਾਂਡ ਆ। ਅਤੇ 855 ਆ ਗਈ ਇੱਧਰਲੀ ਸਾਈਡ 'ਤੇ 10 ਮਾਡਲ 400,000 ਰੁਪਇਆ ਪੂਰਾ ਇਹ ਟਰੈਕਟਰ ਦੀ ਡਿਮਾਂਡ ਆ ਜਿਹੜੀ ਰੱਖੀ ਹੋਈ ਆ। 54-5 ਜੌਂਡੀਅਰ ਜੀ 19 ਮਾਡਲ ਆ 796
ਇਹਦੀ ਡਿਮਾਂਡ ਆ 54.5 ਜੂਨੀਅਰ ਦੀ, ਅਤੇ 858 XM ਆ ਗਿਆ 12 ਮਾਡਲ 425 ਇਹਦੀ ਡਿਮਾਂਡ ਆ XM ਦੀ 855 ਦੀ। ਟਾਈਗਰ ਆ ਗਿਆ ਸੋਨਾਲੀਕਾ 55 19 ਮਾਡਲ 637 PV ਨੰਬਰ ਆ। ਬਾਕੀ ਮੂਹਰੇ ਚੌੜੇ ਟਾਇਰ ਜਿਹੜੇ ਪਏ ਹੋਏ ਨੇ 19 ਮਾਡਲ 637 ਡਿਮਾਂਡ ਆ ਜੀ। ਇਸ ਤੋਂ ਬਾਅਦ ਅਗਲੇ ਪ੍ਰੀਸ 65 3 ਸਪੀਡ 20 ਮਾਡਲ ਆ 5.5 ਇਹਦੀ ਡਿਮਾਂਡ ਆ ਜਿਹੜੀ ਉਹ ਰੱਖੀ ਹੋਈ ਆ ਪ੍ਰੀਸ ਦੀ। ਅਤੇ ਫਾਰਮ ਟਰੈਕ 70 ਆ ਗਿਆ ਜੀ 7 ਮਾਡਲ 355 3 ਸਪੀਡ ਟਰੈਕਟਰ ਆ ਫਾਰਮ ਟਰੈਕ 70। ਇਹ ਵੀ ਕੰਡੀਸ਼ਨ ਦਾ ਪੂਰਾ ਸਾਫ਼ ਆ, ਨਵੇਂ ਟਾਇਰਾਂ 'ਚ ਟਰੈਕਟਰ ਹੈਗਾ। ਫਾਰਮ ਟਰੈਕ 70 7 ਮਾਡਲ 855 ਆ ਗਿਆ ਇਧਰਲੀ ਸਾਈਡ 'ਤੇ ਜੀ। 14 ਮਾਡਲ ਆ 486 ਇਹਦੀ ਡਿਮਾਂਡ ਆ 50 ਨੰਬਰ ਇਹ ਟਰੈਕਟਰ ਹੈਗਾ 855। ਹੌਲੈਂਡ ਆਏ 3715 ਮਾਡਲ 555 ਇਹਦੀ ਡਿਮਾਂਡ ਆ 15 ਮਾਡਲ 963 ਆ ਗਈ 18 ਮਾਡਲ 611 ਇਹ ਟਰੈਕਟਰ ਦੀ ਡਿਮਾਂਡ ਆ ਜਿਹੜੀ ਉਹ ਰੱਖੀ ਹੋਈ ਆ 18 ਮਾਡਲ। ਸੋ ਦੋਸਤੋ ਇਹ ਨੇ ਟਰੈਕਟਰ ਨੇ ਜਿਹੜੇ ਬਰਨਾਲਾ ਟਰੈਕਟਰ ਮੰਡੀ 'ਚ ਪਹੁੰਚੇ ਹੋਏ ਨੇ। ਜੌਂਡੀਅਰ 53-10 18 ਮਾਡਲ 695 ਫੁੱਲ ਟੌਪ ਮਾਡਲ ਜੀ ਜੌਂਡੀਅਰ 53-10 ਜੀ 19 ਮਾਡਲ 695 ਫੁੱਲ ਟੌਪ ਮਾਡਲ ਇਹ ਟਰੈਕਟਰ। ਅਤੇ ਇੱਧਰ ਸੋਨਾਲੀਕਾ ਖੜ੍ਹੀ 750 ਨਵੇਂ ਟਾਇਰਾਂ 'ਚ 13 ਮਾਡਲ ਆ 410,000 ਰੁਪਇਆ ਇਹ ਟਰੈਕਟਰ ਦੀ ਡਿਮਾਂਡ ਆ ਸੋਨਾਲੀਕਾ ਦੀ। ਅਤੇ ਸਟੈਂਡਰਡ ਹੋਈ 450 5 ਮਾਡਲ 5 ਹੈਗਾ 310,000 ਰੁਪਇਆ ਇਹਦੀ ਡਿਮਾਂਡ ਆ PV ਨੰਬਰ ਆ। ਅਤੇ 855 ਖੜ੍ਹਾ ਇੱਧਰਲੀ ਸਾਈਡ 'ਤੇ 10 ਮਾਡਲ 385 ਇਹਦੀ ਡਿਮਾਂਡ ਆ 855 ਦੀ 10 ਮਾਡਲ 735 ਹੈਗਾ ਇੱਧਰਲੀ ਸਾਈਡ 'ਤੇ 97 ਮਾਡਲ 1,53,000 ਰੁਪਇਆ 55,000 ਰੁਪਇਆ 155 ਇਹਦੀ ਡਿਮਾਂਡ ਜੀ। 45,000 ਆ ਗਿਆ 74-97 ਮਾਡਲ 155 ਇਹਦੀ ਡਿਮਾਂਡ ਆ। ਫਾਰਮ ਟਰੈਕ 66 ਆ ਗਿਆ ਇੱਧਰਲੀ ਸਾਈਡ 'ਤੇ 12 ਮਾਡਲ ਆ 390 ਇਹ ਟਰੈਕਟਰ ਦੀ ਡਿਮਾਂਡ ਆ ਜਿਹੜੀ ਰੱਖੀ ਫਾਰਮ ਟਰੈਕ 60 ਦੀ। ਅਤੇ ਫਾਰਮ ਟਰੈਕ 60-55 ਖੜ੍ਹਾ ਜੀ 16 ਮਾਡਲ 542 ਇਹ ਟਰੈਕਟਰ ਦੀ ਡਿਮਾਂਡ 60-55 ਦੀ ਫਾਰਮ ਟਰੈਕ ਦੀ। 750 ਆ ਗਿਆ ਸੋਨਾਲੀਕਾ 6 ਮਾਡਲ 345 ਇਹ ਟਰੈਕਟਰ ਦੀ ਡਿਮਾਂਡ ਆ। 735 ਆ ਗਿਆ ਇਧਰਲੀ ਸਾਈਡ 96 ਮਾਡਲ 155 ਦੀ ਡਿਮਾਂਡ ਆ। ਹੋਰ ਜੀ ਜੌਂਡੀਅਰ 20 ਮਾਡਲ ਆ ਗਈ 735 ਇਹ ਟਰੈਕਟਰ ਦੀ ਡਿਮਾਂਡ ਹੈ ਜੌਂਡੀਅਰ ਦੀ 53-10 ਦੀ। ਅਤੇ 611 ਆ ਗਿਆ 97 ਮਾਡਲ 215 ਇਹ ਟਰੈਕਟਰ ਦੀ ਡਿਮਾਂਡ ਹੈ ਜੀ। ਅਤੇ 855 ਆ ਗਿਆ ਇਧਰਲੀ ਸਾਈਡ 'ਤੇ 11 ਮਾਡਲ 405,000 ਰੁਪਇਆ ਇਹ ਟਰੈਕਟਰ ਦੀ ਡਿਮਾਂਡ ਆ। ਅਤੇ ਫਾਰਮ ਟਰੈਕ 60 ਆ ਗਿਆ ਜੀ ਇੱਧਰਲੀ ਸਾਈਡ 'ਤੇ 7 ਮਾਡਲ ਆ 295 ਇਹਦੀ ਡਿਮਾਂਡ ਜਿਹੜੀ ਰੱਖੀ ਹੋਈ ਆ PV ਨੰਬਰ ਆ। ਅਤੇ ਸੋਨਾਲੀਕਾ 7 ਖੜ੍ਹਾ ਜਿੱਧਰਲੀ ਸਾਈਡ 'ਤੇ 8 ਮਾਡਲ 270 ਇਹ ਟਰੈਕਟਰ ਦੀ ਡਿਮਾਂਡ ਜਿਹੜੀ ਰੱਖੀ ਹੋਈ ਆ। 735 ਆ ਗਿਆ ਇੱਧਰਲੀ ਸਾਈਡ 'ਤੇ 3 ਮਾਡਲ 338 ਇਹਦੀ ਡਿਮਾਂਡ ਆ। ਹੌਲੈਂਡ ਆ ਗਈ 3730 13 ਮਾਡਲ 480 ਇਹ ਟਰੈਕਟਰ ਦੀ ਡਿਮਾਂਡ ਜਿਹੜੀ ਉਹ ਰੱਖੀ ਹੈ ਸਫ਼ਰ ਦੀ। ਅਤੇ 60-55 ਗਈ ਫਾਰਮ ਟਰੈਕ 15 ਮਾਡਲ 545 ਇਹਦੀ ਡਿਮਾਂਡ ਜਿਹੜੀ ਉਹ ਰੱਖੀ ਹੋਈ ਹੈ। ਅਤੇ ਹੌਲੈਂਡ ਆ ਗਿਆ ਸਪੈਸ਼ਲ ਐਡੀਸ਼ਨ ਕਿਹੜਾ ਮਾਡਲ ਆ 17 ਮਾਡਲ ਆ ਟੌਪ ਮਾਡਲ ਆ 662 ਇਹ ਟਰੈਕਟਰ ਦੀ ਡਿਮਾਂਡ ਜਿਹੜੀ ਰੱਖੀ ਹੋਈ ਹੈ 17 ਮਾਡਲ ਟਰੈਕਟਰ ਆ ਸਪੈਸ਼ਲ ਐਡੀਸ਼ਨ। ਬਰਨਾਲਾ ਟਰੈਕਟਰ ਮੰਡੀ ਜੀ ਇੱਧਰੋਂ ਸ਼ੁਰੂ ਕਰਦੇ ਹਾਂ 855 ਤੋਂ 98 ਮਾਡਲ ਆ 235 ਇਹ ਟਰੈਕਟਰ ਦੀ ਡਿਮਾਂਡ ਆ ਜੀ ਉਹ ਰੱਖੀ ਹੋਈ ਹੈ 98 ਮਾਡਲ ਦੀ 235,000 ਰੁਪਇਆ ਇਹ ਟਰੈਕਟਰ ਦੀ ਡਿਮਾਂਡ। ਅਤੇ 52-10 ਜੌਂਡੀਅਰ ਆ ਗਈ 18 ਮਾਡਲ 600,000 ਰੁਪਇਆ ਪੂਰਾ ਡਿਮਾਂਡ ਹੈ 600,000 ਪੂਰੀ ਡਿਮਾਂਡ ਆ 52-10 ਜੌਂਡੀਅਰ 18 ਮਾਡਲ ਉਹਦਾ 10 ਮਾਡਲ ਆ ਗਿਆ